ਅਜਨਾਲਾ ਵਿੱਚ ਚੋਰਾਂ ਨੇ ਬੀਤੀ ਰਾਤ ਕੋਟਕ ਮਹਿੰਦਰਾ ਬੈਂਕ ਨੂੰ ਆਪਣਾ ਨਿਸ਼ਾਨਾ ਬਣਾਇਆ ਤੇ ਬੈਂਕ ਦੇ ਬਾਹਰ ਦਾ ਤਾਲਾ ਤੋੜ ਕੇ ਏਟੀਐਮ ਦੇ ਜ਼ਰੀਏ ਬੈਂਕ ਵਿੱਚ ਵੜ ਗਏ। ਪਰ ਚੋਰਾਂ ਦੀ ਚੋਰੀ ਕਰਨ ਦੀ ਕੋਸ਼ਿਸ਼ ਨਾਕਾਮ ਰਹੀ ਕਿਉਂਕਿ ਉਹਨਾਂ ਤੋਂ ਬੈਂਕ ਦੇ ਕੈਸ਼ ਵਾਲੇ ਕਾਊਂਟਰ ਦੇ ਤਾਲੇ ਨਹੀਂ ਟੁੱਟੇ ਤੇ ਇਸ ਦੇ ਚੱਲਦੇ ਚੋਰ ਚੋਰੀ ਕਰਨ ਵਿੱਚ ਨਾਕਾਮ ਹੋ ਗਏ। ਉਧਰ ਪੁਲਿਸ ਨੇ ਮਾਮਲਾ ਦਰਜ ਕਰਦੇ ਹੋਏ ਆਪਣੀ ਜਾਂਚ ਸ਼ੁਰੂ ਕਰ ਦਿੱਤੀ ਹੈ ਤੇ ਸੀਸੀਟੀਵੀ ਫੁਟੇਜ ਦੇਖੀ ਜਾ ਰਹੀ ਹੈ। ਚੋਰੀ ਦੇ ਸਬੰਧ 'ਚ ਅਸੀਂ ਬੈਂਕ ਮੈਨੇਜਰ ਜੁਰਿੰਦਰ ਮਹਾਜਨ ਦੇ ਇਤਲਾਹ 'ਤੇ ਮੌਕੇ 'ਤੇ ਆਏ ਹਾਂ। ਇਹਨਾਂ ਵੱਲੋਂ ਐਪਲੀਕੇਸ਼ਨ ਲਈ ਗਈ ਆ, ਬੈਂਕ ਇਹਨਾਂ ਨੇ ਚੈੱਕ ਕੀਤਾ ਸਾਰਾ ਅਤੇ ਏ ਟੀ ਐੱਮ ਦੇ ਗੇਟ ਰਾਹੀਂ ਅਣਪਛਾਤੇ ਚੋਰ ਜਿਹੜੇ ਨੇ ਉਹ ਰਾਤ ਨੂੰ ਆਏ ਹੋਏ, ਉਹਨਾਂ ਨੇ ਬੈਂਕ ਦੇ ਏ ਟੀ ਐੱਮ ਦੇ ਦਰਵਾਜ਼ੇ ਦੇ ਤਾਲੇ ਤੋੜ ਕੇ ਅੰਦਰ ਦਾਖਲ ਹੋਏ ਆ ਅਤੇ ਅੰਦਰ ਇਹਨਾਂ ਨੇ ਅਲਮਾਰੀਆਂ ਲੋਕ ਸਾਰੇ ਵੇਖੇ ਆ, ਕੋਈ ਵੀ ਕੈਸ਼ ਇਹਨਾਂ ਦਾ ਚੋਰੀ ਨਹੀਂ ਹੋਇਆ। ਫਿਰ ਵੀ ਟੁੱਟ ਭੱਜ ਹੋਈ ਆ ਅਤੇ ਇਹਨਾਂ ਦੀ ਐਪਲੀਕੇਸ਼ਨ ਦੇ ਆਧਾਰ 'ਤੇ ਅਸੀਂ ਕੇਸ ਰਜਿਸਟਰ ਕਰ ਰਹੇ ਹਾਂ। ਬਾਕੀ ਸੀ ਸੀ ਟੀ ਵੀ ਕੈਮਰੇ ਦੀ ਫੁਟੇਜ ਹਾਸਲ ਕਰਕੇ ਟ੍ਰੇਸ ਕੀਤੇ ਜਾਏਗਾ। ਸਰ ਗਾਰਡ ਵਗੈਰਾ ਹੈ? ਗਾਰਡ ਰਾਤ ਨੂੰ ਕੋਈ ਗਾਰਡ ਨਹੀਂ ਹੁੰਦਾ, ਸਵੇਰੇ 9 ਵਜੇ ਆਉਂਦਾ ਗਾਰਡ, ਸ਼ਾਮਾਂ ਨੂੰ 5 ਸਾਢੇ 5 ਤੱਕ ਬੰਦ ਹੋ ਜਾਏ, ਉਸ ਵੇਲੇ ਵਾਪਸ ਲੈ ਜਾਂਦਾ। ਰਾਤ ਨੂੰ ਗਾਰਡ ਕੋਈ ਨਹੀਂ।